ਅੱਜ ਅਸੀਂ ਪੰਥਕ ਤਾਲਮੇਲ ਸੰਗਠਨ ਦੇ ਸਾਰੇ ਸੇਵਾਦਾਰ ਸ਼੍ਰੀ ਅਕਾਲ ਤਖ਼ਤ ਪਾਵਨ ਹਜ਼ੂਰ ਹਾਜ਼ਰ ਹਾਂ। ਮੇਰੇ ਪਿਤਾ ਦਾਤਾ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰ ਹੋ ਕੇ ਅਰਦਾਸ ਕੀਤੀ ਹੈ, ਪਾਤਸ਼ਾਹ ਤੁਸੀਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਅਤੇ ਮੇਰੀ ਪੀੜ੍ਹੀ ਦਾ ਤਖ਼ਤ ਸਾਨੂੰ ਆਨ ਅਤੇ ਸ਼ਾਨ ਦੀ ਰਾਖੀ ਦੇ ਲਈ ਬਖਸ਼ਿਸ਼ ਕੀਤਾ ਹੈ। ਅੱਜ ਖਾਲਸਾ ਪੰਥ ਦੇ ਅੰਦਰ ਜੋ ਦਸਤਾਰ ਸਿੱਖੀ ਦਾ ਤਾਜ ਹੈ, ਅੱਜ ਉਹ ਕੌਮ ਦੇ ਪ੍ਰਚਾਰਕਾਂ ਦੇ ਸਿਰਾਂ ਤੋਂ ਉਤਾਰਨ ਦੇ ਯਤਨ ਹੋ ਰਹੇ ਹਨ ਔਰ ਕੌਮ ਦਾ ਸਿਰ ਨੀਵਾਂ ਹੋ ਰਿਹਾ। ਅਸੀਂ ਇਹ ਦਸਤਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ। ਅਸੀਂ ਇਸ ਦਸਤਾਰ ਨੂੰ ਉਹਦਾ ਸ਼ਾਨ ਅਤੇ ਮਾਣ ਮੰਨਦੇ ਹੋਏ ਹਾਂ ਜੋ ਸਾਡੇ ਸੀਸਾਂ 'ਤੇ ਹੈ। ਅਸੀਂ ਇਹਦੇ ਸੰਭਾਲ ਦੇ ਲਈ ਗੁਰੂ ਕੋਲ ਤਾਕਤ ਮੰਗੀ, ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ, ਪਾਤਸ਼ਾਹ ਇਹ ਦਸਤਾਰ ਤੁਸਾਂ ਸਾਨੂੰ ਬਖਸ਼ਿਸ਼ ਕੀਤੀ ਹੈ। ਪਾਤਸ਼ਾਹ ਅਸੀਂ ਕਿਸੇ ਦੀ ਦਸਤਾਰ ਉਤਾਰ ਨਹੀਂ ਸਕਦੇ ਕਿਉਂਕਿ ਸਾਹਮਣੇ ਜਿਸ ਸਿਰ ਵੀ 'ਤੇ ਦਸਤਾਰ ਹੈ ਉਹ ਤੁਹਾਡਾ ਸਾਜੇ ਵਸਨ ਸਿੱਖ ਦਿਖਾਈ ਦਿੰਦਾ। ਇਸ ਕਰਕੇ ਸਾਨੂੰ ਤਾਕਤ ਦਿਓ ਕਿ ਅਸੀਂ ਤੁਹਾਡੇ ਜਾਬਤੇ ਵਿੱਚ ਰਹਿ ਕੇ ਇਸ ਦਸਤਾਰ ਦੇ ਆਨ ਅਤੇ ਸ਼ਾਨ ਦੀ ਜਿਹੜੀ ਸ਼ਾਨ ਹੈ ਉਹਨੂੰ ਕਾਇਮ ਰੱਖ ਸਕੀਏ। ਤੁਸੀਂ ਆਪ ਖਾਲਸਾ ਪੰਥ ਨੂੰ ਸਮਝ ਦਿਓ ਕਿ ਕੋਈ ਵੀ ਸਿੱਖ ਦਿਖਾਈ ਦੇਣ ਵਾਲਾ ਆਪਣੇ ਦੂਜੇ ਸਿੱਖ ਭਰਾ ਦੀ ਦਸਤਾਰ, ਭਾਵੇਂ ਉਹ ਰਾਗੀ ਹੈ, ਚਾਹੇ ਉਹ ਪ੍ਰਚਾਰਕ ਹੈ, ਭਾਵੇਂ ਕੋਈ ਵੀ ਸੇਵਾਦਾਰੀ ਕਰਦਾ ਹੈ, ਕਿਸੇ ਦੇ ਸਿਰ ਤੋਂ ਦਸਤਾਰ ਨਾ ਉਤਾਰੇ, ਨਾ ਕਿਸੇ ਦੀ ਮਾਰ ਕੁੱਟ ਕਰੇ। ਜੇ ਕੋਈ ਕਿਸੇ ਦਾ ਮਤਭੇਦ ਹੈ, ਮਿਲ ਬੈਠ ਕੇ ਗੁਰੂ ਦੀ ਮਰਜ਼ਾਦਾ ਦੇ ਮੁਤਾਬਕ ਉਹਨੂੰ ਦੂਰ ਕਰ ਲਿਆ ਜਾਏ। ਇਹ ਦਸਤਾਰਾਂ ਉਤਾਰਨੀਆਂ, ਕਿਸੇ ਦੀ ਮਾਰ ਕੁੱਟ ਕਰਨੀ, ਅਪਮਾਨ ਕਰਨਾ, ਇਹ ਖਾਲਸਾ ਪੰਥ ਦੀ ਰਵਾਇਤ ਨਹੀਂ ਹੈ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜੋ ਸਾਡੇ ਪ੍ਰਚਾਰਕ ਨੇ ਕੌਮ ਦੇ ਇੰਗਲੈਂਡ ਦੇ ਅੰਦਰ, ਉਹਨਾਂ ਦੀ ਦਸਤਾਰ ਵੀ ਉਤਾਰੇ ਗਏ, ਉਹਨਾਂ ਦੀ ਮਾਰ ਕੁੱਟ ਵੀ ਕੀਤੇ ਗਏ। ਇਸ ਤਰ੍ਹਾਂ ਹੋਰ ਬਹੁਤ ਸਾਰੇ ਪ੍ਰਚਾਰਕ ਜਿਹੜੇ ਵਿਦੇਸ਼ਾਂ 'ਚ ਜਾਂਦੇ ਨੇ ਜਾਂ ਇੱਥੇ ਵੀ ਜਾਂਦੇ ਨੇ, ਜਿਹੜੇ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਜ਼ਾਦਾ ਦਾ ਪ੍ਰਚਾਰ ਕਰਦੇ ਨੇ, ਅੱਜ ਉਹਨਾਂ ਦਾ ਥਾਂ ਥਾਂ 'ਤੇ ਅਪਮਾਨ ਹੋ ਰਿਹਾ।